ਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿੱਦਾਂ ਕਿ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਆ ਕਿ ਕੱਪ ਖੇਡਣ ਲਈ ਪਹੁੰਚੇ ਹਾਂ ਨਨਕਾਣਾ ਸਾਹਿਬ ਦੀ ਧਰਤੀ ਤੇ, ਆਪਣੇ ਪਾਕਿਸਤਾਨ ਦੀ ਧਰਤੀ ਤੇ, ਜਿਹੜਾ ਵਰਲਡ ਕਬੱਡੀ ਕੱਪ ਹੋ ਰਿਹਾ 2020। ਤੇ ਅੱਜ ਆਪਾਂ ਜਾ ਰਹੇ ਹਾਂ ਨਨਕਾਣਾ ਸਾਹਿਬ ਤੇ ਉਸ ਤੋਂ ਬਾਅਦ ਮੈਚ ਹੈਗਾ ਫੈਸਲਾਬਾਦ। ਤੇ ਆਹ ਦੇਖੋ, ਮਤਲਬ ਜਿਹੜੇ ਜਿਹੜੇ ਵੀ ਆਪਣੇ ਵੀਰ ਭਰਾ ਨਨਕਾਣਾ ਸਾਹਿਬ ਜਾਣੇ ਚਾਹੁੰਦੇ ਸੀ ਉਹਨਾਂ ਨੂੰ ਸਪੈਸ਼ਲ, ਮਤਲਬ ਇੱਥੇ ਇਹ ਦੱਸਣਾ ਬਣਦਾ ਹੈ ਜੀ, ਮਤਲਬ ਜਿਹੜੇ ਲੋਕ ਜਾਂ ਇੰਡੀਆ ਤੋਂ ਬਾਹਰ ਨਹੀਂ ਨਿਕਲੇ ਉਹ ਇਹ ਸੋਚਦੇ ਆ ਕਿ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਕਿਹੋ ਜੀ ਪ੍ਰੋਬਲਮ ਆ ਜਾਂ ਕਿੱਦਾਂ ਆ। ਇੰਨਾ ਕੁ ਇੱਜ਼ਤ ਮਾਣ, ਪ੍ਰੇਮ ਪਿਆਰ, ਇੰਨਾ ਕੁ ਸਤਿਕਾਰ, ਪ੍ਰੋਟੋਕੋਲ ਦਿੱਤਾ ਨਾ ਗੌਰਮੈਂਟ ਨੇ ਸਾਰੇ ਪਲੇਅਰਾਂ ਨੂੰ ਹੀ ਕਿ ਲਫ਼ਜ਼ ਦੱਸਣ ਜੋ ਵੀ ਨਹੀਂ ਹੈਗੇ। ਅਤੇ ਬਾਕੀ ਤੁਸੀਂ ਆਹ ਦੇਖ ਲਓ, ਅੱਗੇ ਗੱਡੀਆਂ ਜਾ ਰਹੀਆਂ ਨੇ, ਘੱਟੋ ਘੱਟ ਵੀ 10-12 ਗੱਡੀਆਂ ਨੇ, ਔਰ ਆਪਣੇ ਭਾਜੀ ਹੋਣੀ ਨਾਲ ਨੇ, ਆਪਣੇ ਭਾਜੀ ਹੋਣੀ ਬੈਠੇ ਨੇ, ਸਾਰੇ ਜੋ ਵੀ ਸਿਕਿਉਰਿਟੀ ਦੇ ਮੈਂਬਰ ਭਾਜੀ ਹੋਣੀ, ਬੜਾ ਜ਼ਿਆਦਾ ਪ੍ਰੇਮ ਪਿਆਰਾ। ਬਾਕੀ ਆਪਣੀਆਂ ਸਾਰੀਆਂ ਟੀਮਾਂ, ਆਪਣੇ ਵੀਰ ਭਰਾ ਆਸਟ੍ਰੇਲੀਆ ਦੀ ਟੀਮ ਦੇ ਪਲੇਅਰ ਨੇ, ਆਪਣੇ ਜਰਮਨੀ ਔਰ ਇੰਗਲੈਂਡ ਤੋਂ ਵੀ ਅਤੇ ਕੈਨੇਡਾ ਤੋਂ ਵੀ, ਅਤੇ ਘੱਟੋ ਘੱਟ ਅਜੇ ਪਿੱਛੇ ਵੀ ਗੱਡੀਆਂ ਨੇ। ਹਾਂਜੀ, ਆਪਣੇ ਸਤਪਾਲ ਖੜਿਆਲ ਭਾਜੀ ਵੀ, ਭਾਜੀ ਕੁਛ ਕਹਿਣਾ ਚਾਹੁੰਦੇ ਹੋ ਕੋਈ ਲਫ਼ਜ਼? ਹਾਂਜੀ ਭਾਜੀ, ਤੁਸੀਂ ਕੋਈ ਮੈਸੇਜ? ਸਾਡਾ ਮੈਸੇਜ ਵੀਰੇ ਇਹੀ ਹੈ ਕਿ ਪਾਕਿਸਤਾਨ ਇੱਕ ਪੀਸਫੁਲ ਮੁਲਕ ਹੈ, ਆਓ ਵੀਰੇ ਤੇ ਮੁਹੱਬਤਾਂ ਵੰਡੋ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋਰੀ ਦੱਸਣਾ ਭੁੱਲ ਗਿਆ, ਆਪਣੇ ਨਾਂ ਤਾਂ ਨੀ ਪੁਰੇਵਾਲ ਭਾਜੀ ਹੋਣੀ? ਹਾਂਜੀ ਸੋਰੀ, ਜਗਜੀਤ ਸਿੰਘ ਪੁਰੇਵਾਲ ਜੀ, ਤੇ ਉਹ ਵੀ ਨਾਲ ਨੇ ਸਾਡੇ ਕੈਨੇਡਾ ਤੋਂ ਅਫੀਸ਼ੀਅਲ, ਤੇ ਸੰਤੋਖ ਸਿੰਘ ਜੀ ਮੜੇਰ, ਜਿਨ੍ਹਾਂ ਦਾ ਪਾਕਿਸਤਾਨ ਦੀ, ਸਪੈਸ਼ਲੀ ਪਾਕਿਸਤਾਨ ਦੀ ਕਬੱਡੀ ਨੂੰ ਪ੍ਰਮੋਟ ਕਰਨ ਦੇ ਵਿੱਚ ਬਹੁਤ ਵੱਡਾ ਹੱਥ ਆ, ਹਮੇਸ਼ਾ ਟੀਮ ਲੈ ਕੇ ਵੀ ਆਉਂਦੇ ਰਹੇ ਨੇ ਪਾਕਿਸਤਾਨ ਦੀ, ਇੰਡੀਆ ਜਦੋਂ ਕੱਪ ਸੀਗਾ। ਤੇ ਉਹ ਦੇਖੋ ਹੁਣ ਭਾਜੀ ਉਹਨਾਂ ਨੇ ਸਾਨੂੰ ਚਲੋ ਹੌਟਸਪੋਟ ਦਿੱਤੀ ਸੀ, ਵੈਸੇ ਜਿਹੜਾ ਨਾ ਨੈੱਟ ਦੀ ਮਤਲਬ ਸਿਕਿਉਰਿਟੀ ਦੇ ਕਰਕੇ ਜਿਹੜੀ ਆ ਉਹ ਮਤਲਬ ਚੈਂਬਰ ਲੱਗੇ ਨੇ, ਸਿਕਿਉਰ ਮਤਲਬ ਨਹੀਂ ਚੱਲਦਾ ਉਹ ਗੱਡੀ ਜਿਹੜੀ ਜਾ ਰਹੀ ਆ ਉੱਥੇ ਚੈਂਬਰ ਲੱਗੇ ਨੇ। ਤੇ ਆਹ ਜਿਹੜਾ ਰੋਡ ਹੈ ਜੀ, ਇਹ ਲਾਹੌਰ ਤੋਂ ਆਪਣੇ ਕਰਾਂਚੀ ਰੋਡ ਹੈ, ਜਿਹੜਾ ਹਾਈਵੇ, ਜਿਹੜਾ ਇਹਨਾਂ ਦਾ ਮੇਨ ਮੋਟਰਵੇ। ਦੇਖੋ ਕਿੰਨਾ ਮਤਲਬ ਸਮੂਥ ਰੋਡ ਹੈ, ਕਿੰਨਾ ਵਧੀਆ ਸਾਰਾ ਹੀ ਮਾਹੌਲ। ਕੁਛ ਕੁ ਲੋਕਾਂ ਨੂੰ ਚਲੋ ਇੱਥੇ ਇਹ ਵੀ ਦੱਸ ਦੇਣਾ, ਜਿਹੜੇ ਕਹਿੰਦੇ ਆ ਕਿ ਪਾਕਿਸਤਾਨ ਨੇ ਤਰੱਕੀ ਨਹੀਂ ਕੀਤੀ, ਮੈਨੂੰ ਤਾਂ ਆਹ ਮਾਹੌਲ ਇਹੋ ਜਿਹਾ ਵੇਖ ਕੇ ਲੱਗਦਾ ਵੀ ਹੋਰ 3-4 ਸਾਲਾਂ ਨੂੰ ਇੰਡੀਆ ਨੂੰ ਪਿੱਛੇ ਛੱਡ ਦੇਣਾ, ਕਿਤੇ ਪਿੱਛੇ ਛੱਡ ਦੇਣਾ ਇਹਨਾਂ ਨੇ। ਪਰ ਬਹੁਤ ਵਧੀਆ ਮਾਹੌਲ ਹੈ ਜੀ, ਬਹੁਤ ਵਧੀਆ। ਦੇਖੋ ਇਹ ਆ ਜੀ ਆਪਾਂ, ਤੇ ਸੀਰੀਅਸਲੀ ਬਹੁਤ ਜ਼ਿਆਦਾ ਮਤਲਬ ਇੱਥੇ ਇਹ ਵੀ ਦੱਸਣਾ ਬਣਦਾ ਕਿ ਜਿੱਥੇ ਪਾਕਿਸਤਾਨ ਗੌਰਮੈਂਟ ਨੇ ਪਹਿਲਾ ਜਿਹੜਾ ਵੱਡਾ ਪਹਿਲਕਦਮੀ ਕੀਤੀ ਸੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ, ਉਸ ਤੋਂ ਬਾਅਦ ਇਹ ਸਭ ਤੋਂ ਵੱਡਾ ਜਿਹੜਾ ਆਪਣਾ ਵਰਲਡ ਕੱਪ ਕਰਾ ਰਹੇ ਨੇ। ਤੇ ਕੁਛ ਕੁ ਲੋਕਾਂ ਨੇ ਮਤਲਬ ਗਲਤ ਅਫਵਾਹਾਂ ਵੀ ਡਾਈਆਂ, ਜਿੱਦਾਂ ਕਿ ਇੰਡੀਆ ਦੀ ਕਬੱਡੀ ਟੀਮ ਨੂੰ ਲੈ ਕੇ, ਤੇ ਉੱਥੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਬਿਆਨ ਵੀ ਦਿੱਤਾ ਸੀਗਾ ਕਿ ਤੁਸੀਂ ਕਲਚਰਲ ਚੀਜ਼ਾਂ ਨੂੰ, ਸਪੋਰਟਸ ਨੂੰ ਪੋਲੀਟੀਕਲ ਤੋਂ ਦੂਰ ਰੱਖੋ ਪਲੀਜ਼, ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਣੀ ਜਗ੍ਹਾ ਨੇ, ਪੋਲੀਟੀਕਲ ਆਪਣੀ ਜਗ੍ਹਾ ਆ। ਅਤੇ ਇੱਕ ਮਿੰਟ ਆ ਭਾਜੀ, ਇਹ ਪੁਰੇਵਾਲ ਸਾਹਿਬ ਭਾਜੀ ਹੋਣੀ ਜੀ, ਬਿਲਕੁਲ 550 ਸਾਲਾਂ ਨੂੰ, 550ਵੇਂ ਜਿਹੜਾ ਮਹਾਰਾਜ ਦਾ ਪ੍ਰਕਾਸ਼ ਪੁਰਬ ਆ,
ਤੇ ਪਿੱਛੇ ਤੁਸੀਂ ਦੇਖ ਸਕਦੇ, ਚਲੋ ਥੋੜੀ ਲਾਈਟ ਪੈਂਦੀ ਗੱਡੀਆਂ ਦੀ, ਅਜੇ ਪਿੱਛੇ ਵੀ ਕਾਫੀ ਗੱਡੀਆਂ ਨੇ, ਨਹੀਂ ਕਲੀਅਰ ਹੁੰਦੀਆਂ। ਹਾਂਜੀ ਭਾਜੀ, ਅੱਗੇ ਆਵਾਜ਼ ਦੇ ਰਹੇ ਸੀ, ਲਾਈਵ ਚੱਲਣ ਡਿਆ ਵਾ, ਨਾ ਸਬੂਤ ਦਓ। ਮੁੜ ਕੇ ਲੋਕਾਂ ਲਾਈਵ ਚ ਕਹਿਣ ਲੱਗ ਜਾਣਾ ਯਾਰ ਇਹੋ ਜਿਹੇ ਬੰਦੇ ਨੂੰ ਸਿਕਿਉਰਿਟੀ ਦਿੱਤੀ ਇਹਨਾਂ। ਅਵੇਲਾ ਮੀਂਹ ਪਵਾਤਾ ਇਧਰ, ਮੈਂ ਕਹਿਦਾ ਕਿਆ, ਸੱਚ ਬੜਾ ਬੋਲਦਾ ਤੂੰ। ਬਾਕੀ ਸੋਰੀ ਜਿਹੜੇ ਜਿਹੜੇ ਵੀਰ ਕਮੈਂਟ ਕਰ ਰਹੇ ਨੇ, ਮੈਂ ਨਾਂ ਤਾਂ ਨਹੀਂ ਪੜ੍ਹ ਸਕਿਆ ਕਿਉਂਕਿ ਥੋੜਾ ਧਿਆਨ ਇੱਧਰ ਸੀਗਾ। ਸਾਨੂੰ ਸਤਿ ਸ੍ਰੀ ਅਕਾਲ ਆ। ਤੇ ਜਿਹੜੇ ਟੂਰਨਾਮੈਂਟ ਲਾਈਵ ਚੱਲ ਰਿਹਾ ਆਪਣਾ, ਉਹ ਵਰਲਡ ਕਬੱਡੀ ਕੱਪ, ਉਹ ਹੈਗਾ ਵਾ ਜੀਓ ਸੁਪਰ ਪਾਕਿਸਤਾਨ ਦਾ ਚੈਨਲ ਆ, ਔਰ ਬੀ ਸਪੋਰਟਸ ਯੂਟਿਊਬ ਤੇ ਤੁਸੀਂ ਉਹਨਾਂ ਚੈਨਲਾਂ ਤੇ ਦੇਖ ਸਕਦੇ ਹੋ ਲਾਈਵ। ਔਰ ਅੱਜ ਸਾਡਾ ਜਿਹੜਾ ਜਰਮਨੀ ਦਾ ਮੈਚ ਆ ਉਹ ਇਰਾਨ ਨਾਲ ਹੈ, ਕਾਫੀ ਟਫ ਹੈ, ਮਾਰਕ ਮੇਰ ਕਰੇ ਵਧੀਆ ਖੇਡਾਂਗੇ। ਹਾਂਜੀ ਬਾਈ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ, ਆਪਣੇ ਜਿੰਨੇ ਵੀ ਫੇਸਬੁੱਕ ਫਰੈਂਡ ਨੇ, ਜਿੰਨੇ ਵੀਰ ਭਰਾ ਇਸ ਟਾਈਮ ਲਾਈਵ ਜੁੜੇ ਨੇ, ਜਿੰਨੇ ਵੀ ਆਪਣੇ ਪਾਕਿਸਤਾਨੀ ਵੀਰ ਭਰਾ ਨੇ ਆਪਣੀ ਫੇਸਬੁੱਕ ਤੇ, ਸਾਰਿਆਂ ਨੂੰ ਹੈ। ਹਾਂ ਲਾਲੀ ਭਾਈ, ਤੁਸੀਂ ਲਾਲੀ ਭਾਈ ਨਵੀਂ ਜੀ ਸਪੈਸ਼ਲੀ ਸਾਡੇ ਨਾਲ ਆਏ ਨੇ, ਤੇ ਬਾਈ ਨੇ ਘੁਮਾਇਆ ਵੀ ਉਹਦਿਨ। ਚਲੋ ਆਪਾਂ ਨਹੀਂ ਭਾਜੀ, ਨਹੀਂ ਨੋਰਵੇ ਤੋਂ ਤੇ ਸਾਡੀ ਟੀਮ ਦੇ ਅਫੀਸ਼ੀਅਲ ਜੀ, ਤੇ ਜਰਮਨੀ ਟੀਮ ਜਿਹੜੀ ਆ ਉਹ ਅੰਡਰ ਜਰਮਨ ਦੇ ਅਫੀਸ਼ੀਅਲ, ਤੇ ਆਪਣੇ ਨੋਰਵੇ ਦੇ ਮਤਲਬ ਸਾਂਝੇ ਤੌਰ ਤੇ ਪਹੁੰਚੀ ਆ। ਆਹ ਦੇਖੋ ਜੀ ਪਾਕਿਸਤਾਨ ਪੰਜਾਬ, ਨਨਕਾਣਾ ਸਾਹਿਬ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਨਮ ਅਸਥਾਨ ਧਰਤੀ, ਮਤਲਬ ਮਿੱਟੀ ਦੇ ਨੇ ਉਹ ਗੁਜਰਾਂ ਦਾ ਡੇਰਾ ਹੋਣਾ ਵਾ, ਮਿੱਟੀ ਦੇ ਲੋਕਾਂ ਦੇ ਥੋੜ੍ਹੀ ਨਾ, ਇਹਦੇ ਆਪਣੇ ਵੀ ਹੁੰਦੇ ਅਸੀਂ ਗੁਜਰਾਂ ਦੇ ਜਿਹੜੇ ਕੁੱਲ ਨੇ, ਲੋਕਾਂ ਦੇ ਥੋੜ੍ਹੀ ਨਾ, ਨਾ ਹਸਤਾ ਰਿਹਾ ਵੀ ਨਾ ਕਰਿਆ ਕਰ। ਆਪਣਾ ਇੱਕ ਯੋਧਾ ਭਾਰ ਰੈਸਟ ਦੇ, ਇਹਨੂੰ ਇਰਾਨ ਵਾਲਿਆਂ ਮਨਾ ਕੀਤਾ ਵੀ ਇਹਨੂੰ ਹਲਾਉਣਾ ਨੀ, ਤਦ ਤੱਕ ਅਸੀਂ ਆਪ ਹਲਾਵਾਂਗੇ। ਓਏ ਪੱਠੇ ਕਵਰੀ ਕਰ ਰਹੇ, ਬਿਲਕੁਲ ਭਾਜੀ ਬਿਲਕੁਲ। ਇਹ ਆਪਣੇ ਭਾਜੀ ਕੈਨੇਡਾ ਦੇ ਜਾਫੀ, ਭਾਜੀ ਕੋਈ ਕਹਿਣਾ ਚਾਹੁੰਦੇ ਹੋ? ਨਹੀਂ ਜੀ, ਸਾਡਾ ਵਾਕਿਆ ਮੇਨ ਮਕਸਦ ਜਿਹੜਾ ਸੀਗਾ ਕਿ ਮਹਾਰਾਜ ਦੀ ਜਨਮ ਅਸਥਾਨ ਧਰਤੀ ਦੇ ਦਰਸ਼ਨ ਮੇਲੇ, ਬੜੀ ਕਿਸਮਤ ਵਾਲੇ ਆ ਕਿ ਮਹਾਰਾਜ ਨੇ ਇੰਨਾ ਸਭ ਕੋ ਨਾਲ ਪਿਆਰ ਸਤਿਕਾਰ ਵੀ ਦਿੱਤਾ। ਇਹ ਦੇਖੋ ਸਾਡਾ ਪਿੱਛੇ ਵੀ ਗੱਡੀਆਂ ਨੇ, ਕਿਹਦੇ ਭਾਜੀ? ਆਹ ਬੰਦਾ ਇੰਡੀਆ ਤੋਂ ਲਾਪਤਾ ਆ, ਕਿਸੇ ਨੂੰ ਪਤਾ? ਫਿਰ ਤਾਂ ਕੋਈ ਇਸ਼ਤਿਹਾਰ ਨਹੀਂ ਦੇਣਾ। ਭਰਾ ਆਪਣਾ ਸੁੱਖੀ ਭਾਈ ਫੱਕਰ ਝੰਡਾ, ਓਦਾਂ ਹੱਸਦੇ ਖੇਡਦੇ ਰਹੀਦਾ ਭਰਾ ਨਾ, ਵਧੀਆ ਲੱਗਾ ਮਿਲ ਕੇ। ਆਪਣਾ ਗਿੱਲਾ ਵਾਲਾ
ਜੋੜੇ ਪੁਲਾਂ ਦੇ ਮੀਂਹ ਪੈ ਕੇ ਆ ਗਿਆ ਇੰਨਾ ਕਿ ਜੋੜੇ ਪੁਲਾਂ ਨੂੰ ਜਾਂਦੀ ਹੈ ਆਹ ਤਿੰਨਾਂ ਕੁ ਸਾਲਾਂ ਚ ਨਾ ਜਿੱਦਾਂ ਦਾ ਸੋਚਦਾ ਬੰਦਾ ਇਮਰਾਨ ਖਾਨ ਏਸ਼ ਦੀਆਂ ਟੋਪ ਦੀਆਂ ਕੰਟਰੀਆਂ ਚ ਲਿਆ ਕੇ ਖੜਾ ਕਰ ਦੇਣਾ ਸਤਿ ਸ਼੍ਰੀ ਅਕਾਲ ਜੀ ਕਿਤੇ ਮੌਕਾ ਮਿਲਿਆ ਫਿਰ ਕਿਤੇ ਆਪਾਂ ਨੂੰ ਹੋਟਸਪੋਟ ਮਿਲੀ ਤੇ ਫਿਰ ਜ਼ਰੂਰ ਲਾਈਵ ਹੋਵਾਂਗੇ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਮਹਾਰਾਜ ਮਿਹਰ ਕਰੇ ਸਾਰੇ ਚੜ੍ਹਦੀ ਕਲਾ ਚ ਹੋਵੋ